ਜਿੱਦਾਂ ਮੇਰੇ ਵੇਟ ਦੀ ਹਾਈਟ ਆ ਸੇਮ ਇਹੀ ਸੇਮ ਮੇਰੀ ਹੁੰਦੀ ਸੀ, ਇੰਨੀ ਏਜ ਮੇਰੀ 13 ਸਾਲ ਦੀ ਏਜ ਅੱਜ ਅਤੇ 6.5 ਫੁੱਟ ਹਾਈਟ ਆ, ਜਦ ਮੇਰੀ ਇੰਨੀ ਹੋਈ ਤਾਂ ਮੈਨੂੰ ਹਰ ਇੱਕ ਨੇ ਮਜ਼ਾਕ ਕਰਨਾ, ਤੂੰ ਕਿੱਦਾਂ ਦਾ ਬਣੀ ਆ ਨਾ, ਤੂੰ ਸੋਹਣਾ ਨਹੀਂ ਲੱਗਦਾ, ਹਾਈਟ ਘਟਾ ਲਾ, ਆਪਣੇ ਸਿਰ 'ਤੇ ਵਜਨ ਰੱਖ ਲਿਆ ਕਰ, ਥੋੜ੍ਹਾ ਛੋਟਾ ਹੋ ਜਾਏਗਾ, ਕਹਿੰਦਾ ਸੀ ਵੀ ਇਹਦੀ ਹਾਈਟ ਨਾ ਵਧੇ, ਕਿਸੇ ਤਰੀਕੇ ਨਾਲ ਰੁਕ ਜਾਵੇ, ਬਟ ਅੱਜ ਖੁਸ਼ੀ ਹੋ ਰਹੀ ਵੀ ਅੱਜ ਮੈਂ ਕਹਿ ਰਿਹਾ ਵੀ ਮੇਰੇ ਤੋਂ ਵੀ ਲੰਬਾ ਜਾਵੇ, 7.5 ਫੁੱਟ ਤੱਕ ਹਾਈਟ ਜਾਵੇ ਤਾਂ ਬਹੁਤ ਵਧੀਆ ਲੱਗਣਾ, ਕਿਤੇ ਵੀ ਮਤਲਬ ਰਿਸ਼ਤੇਦਾਰ 'ਚ ਵੀ ਜਾਣਾ ਇਹਨਾਂ ਨੇ ਜਾ ਕੇ ਇੱਕ ਜਗ੍ਹਾ ਬੈਠ ਜਾਣਾ ਔਰ ਉੱਥੋਂ ਹਿੱਲਣਾ ਨਹੀਂ, ਠੀਕ ਹੈ, ਔਰ ਜੇ ਬਾਜ਼ਾਰ 'ਚ ਵੀ ਜਾਣਾ ਤਾਂ ਬਾਜ਼ਾਰ ਵਿੱਚ ਵੀ ਇਹਨਾਂ ਨੇ ਸ਼ੋਪ 'ਤੇ ਨਹੀਂ ਅੰਦਰ ਜਾਣਾ ਹੈਗਾ, ਬਾਹਰ ਹੀ ਐਕਟਿਵਾ 'ਤੇ ਬਾਈਕ 'ਤੇ ਬੈਠੀ ਰਹਿਣਾ। ਤਾਂ ਮੈਮ ਜਿਵੇਂ ਕਹਿ ਰਹੇ ਤੁਸੀਂ ਬਾਹਰ ਬੈਠੇ ਰਹਿੰਦੇ ਸੀ ਬਾਈਕ 'ਤੇ, ਅੰਦਰ ਨਹੀਂ ਜਾਂਦੇ ਸੀ, ਉਹਦਾ ਕੀ ਰੀਜ਼ਨ ਸੀ? ਕਹਿੰਦਾ ਸੰਗ ਦੇ ਰਹਿਣਾ, ਹਰ ਪਾਸੇ ਜਾਣਾ ਨਹੀਂ, ਮੈਰਿਜ 'ਤੇ ਜਾਣਾ, ਕੋਈ ਮੈਂ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਇਆ, ਹੁਣ ਬਹੁਤ ਵਧੀਆ ਇੰਜੋਏ ਕਰ ਰਿਹਾ। ਜੇ ਮੇਰੀ ਇੱਛਾ ਹੁੰਦੀ ਸੀ ਵੀ ਮੈਂ ਬ੍ਰਾਂਡਡ ਕੱਪੜੇ ਪਾਵਾਂ, ਵਧੀਆ ਕੱਪੜੇ ਪਾਵਾਂ, ਪਰ ਮੈਨੂੰ ਸਟਿਚ ਹੀ ਕਰਾਉਣੇ ਪੈਂਦੇ ਸੀਗੇ, ਉਹ ਆਉਂਦੇ ਨਹੀਂ ਸੀ ਮੇਰੇ, ਜਿਸ ਤਰ੍ਹਾਂ ਬੈੱਡ ਵੀ ਛੋਟੇ ਹੁੰਦੇ ਸੀਗੇ, ਉਹ 'ਤੇ ਵੀ ਬਹੁਤ ਐਡਜਸਟਮੈਂਟ ਕਰਨੀ ਪਈ, ਲੱਗ ਕੋਈ ਨਾਲ ਨਹੀਂ ਸੀ ਤੁਰਦੇ ਹੁੰਦੇ, ਅਗਲੀਆਂ ਸੀ ਪਤਾ ਨਹੀਂ ਤੇਰੇ ਨਾਲ ਤੁਰੇ ਜਾਂਦੇ ਸੋਹਣੇ ਨਹੀਂ ਲੱਗਦੇ, ਜੇ ਮੈਂ ਕਿਸੇ ਗਰੁੱਪ 'ਚ ਤੁਰਿਆ ਨਹੀਂ ਜਾਣਾ ਤਾਂ ਮੇਰੇ ਨਾਲ ਮੈਂ ਇਕੱਲਾ ਰਹਿ ਜਾਂਦਾ ਸੀ, ਮੈਨੂੰ ਛੱਡ ਦਿੰਦੇ ਸੀ ਸਾਰੇ, ਮੇਰੇ ਨਾਲ ਨਹੀਂ ਸੀ, ਇੱਥੇ ਤੱਕ ਸੀਗਾ ਕਿ ਮੇਰੀ ਮੈਰਿਜ ਵੀ ਨਹੀਂ ਹੋਣੀ, ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਵੀ ਮੈਰਿਜ ਨਹੀਂ ਹੋਣੀ ਹੈਗੀ, ਕਿਉਂਕਿ ਮੈਂ ਸੋਹਣਾ ਨਹੀਂ ਹੈਗਾ। ਇਹਨਾਂ ਨੇ ਜਦ ਹਾਂ ਕੀਤੀ ਉਹ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਸੀਗੀ, ਕਿਉਂਕਿ ਇਹਨਾਂ ਨੇ ਹਾਂ ਕਰਤੀ, ਪਰ ਬਹੁਤ ਵਧੀਆ ਸੀਗਾ, ਇਹਨਾਂ ਨੇ ਯੈਸ ਕਰਕੇ ਮੈਨੂੰ ਉਸ ਸਟ੍ਰੈਸ 'ਚੋਂ ਕੱਢਿਆ, ਇਹਨਾਂ ਦਾ ਡਿਸੀਜਨ ਸੀਗਾ ਬਹੁਤ ਵਧੀਆ, ਇਹਨਾਂ ਨੇ ਮੇਰੀ ਲਾਈਫ ਚੇਂਜ। ਤਾਂ ਕਿਤੇ ਨਾ ਕਿਤੇ ਲੋਕ ਕੀ ਸੋਚਣਗੇ, ਕੀ ਬੋਲਣਗੇ, ਕੀ ਜੱਜ ਕਰਨਗੇ, ਉਹਦੇ ਤੋਂ ਡਰ ਲੱਗਦਾ ਸੀ? ਬਾਹਰ ਨਿਕਲਣਾ ਮੈਨੂੰ ਕੋਈ ਅਲੱਗ ਤੋਂ ਮੈਨੂੰ ਕੰਪਲੀਮੈਂਟਸ ਨਹੀਂ ਮਿਲੇ, ਮੈਨੂੰ ਥੋੜ੍ਹਾ ਜਿਹਾ ਨੈਗੇਟਿਵ ਵੀ ਕੀਤਾ ਜਾਂਦਾ ਸੀ ਹਰ ਜਗ੍ਹਾ 'ਤੇ ਵੀ ਤੂੰ ਸੋਹਣਾ ਨਹੀਂ ਹੈ। ਮੇਰੇ ਦਿਮਾਗ ਵਿੱਚ ਇੱਕ ਇੱਦਾਂ ਸੀ, ਮੈਂ ਆਪਣੇ ਆਪ ਲਿਮਿਟਡ ਜਿਹਾ ਕਰ ਲਿਆ ਸੀ ਆਪਣੀ ਲਾਈਫ ਨੂੰ ਬਹੁਤ। ਪਹਿਲਾਂ ਇਹਨਾਂ ਦੀ ਪਛਾਣ ਮਤਲਬ ਫਾਦਰ ਕਰਕੇ ਸੀਗੇ, ਇਹਦੇ ਫਾਦਰ ਲੰਬੇ ਨੇ, ਠੀਕ ਹੈ, ਹੁਣ ਇਹਦੀ ਆਪਣੀ ਹੀ ਪਛਾਣ ਹੈ, ਠੀਕ ਹੈ, ਬਾਹਰ ਜਾਂਦਾ ਆ ਕਿਤੇ, ਜਿੱਦਾਂ ਪਿੰਡ ਵਿੱਚ ਹੀ ਹੁੰਦੇ ਨਾ, ਗੁਰਦੁਆਰਾ ਸਾਹਿਬ ਜਾਂਦਾ, ਮੇਲੇ 'ਤੇ ਕਿਤੇ ਜਾਂਦਾ ਆ ਤਾਂ ਲੋਕ ਇਹਦੇ ਨਾਲ ਸੈਲਫੀਆਂ ਲੈਂਦੇ ਨੇ। ਤਾਂ ਕੱਪੜੇ ਕਿਵੇਂ ਲੈਂਦੇ ਹੋ ਫਿਰ, ਕੱਪੜੇ ਸਵਾਨੇ ਹੋ ਆਪਣੇ ਦੋਨਾਂ ਦੇ? ਹਾਂਜੀ, ਕੱਪੜੇ ਸਟਿਚ ਕਰਵਾਉਣੇ ਪੈਂਦੇ ਨੇ ਸਾਨੂੰ, ਹੁਣ ਤਾਂ ਸਾਡਾ ਸਾਈਜ਼ ਵੀ ਸੇਮ ਹੋ ਗਿਆ ਬਿਲਕੁਲ, ਸ਼ੂਜ਼ ਦਾ ਵੀ, ਪੈਂਟਾਂ ਦਾ ਵੀ, ਸ਼ਰਟ ਦਾ ਵੀ, ਅਸੀਂ ਇੱਕ ਦੂਸਰੇ ਦੀ ਪਾ ਰਹੇ, ਬਹੁਤ ਖੁਸ਼ੀ ਵੀ ਹੋ ਰਹੀ ਹੈ, ਬੇਟਾ ਵੀ ਬਾਪ ਦੇ ਸ਼ੂਜ਼ ਪਾਉਂਦਾ ਵਾ ਤਾਂ ਬਹੁਤ ਖੁਸ਼ੀ ਹੁੰਦੀ। ਹੁਣ ਵੀ ਇਹਨੂੰ ਦੇਖ ਲਓ ਵੀ 13 ਸਾਲ ਦੀ ਏਜ ਨੂੰ ਸ਼ੂਜ਼ ਨਹੀਂ ਮਿਲ ਰਹੇ, ਬਹੁਤ ਮੁਸ਼ਕਿਲ ਨਾਲ ਲਾਸਟ ਸਾਈਜ਼ ਦੇ ਮੇਚ ਆ ਰਹੇ, ਉਸ ਤੋਂ ਬਾਅਦ ਮੈਨੂੰ ਲੱਗਦਾ ਸਾਰਿਆਂ ਨੂੰ ਸ਼ੂਜ਼ ਵੀ ਨਹੀਂ ਮਿਲੇ। ਸਟਾਰਟਿੰਗ 'ਚ ਹਾਈਟ ਜਿੱਦਾਂ ਵੱਧ ਰਹੀ ਸੀਗੀ, ਮੈਂ ਆਪਣੇ ਬਚਪਨ ਦੀ ਗੱਲ ਦੱਸਦਾ, ਜਦ ਮੈਂ ਛੋਟਾ ਸੀਗਾ ਤਾਂ ਮੈਨੂੰ ਇੰਨਾ ਨੈਗੇਟਿਵ ਫੀਲ ਹੁੰਦਾ ਸੀਗਾ, ਹਰ ਇੱਕ ਬੰਦਾ ਮੇਰਾ ਮਜ਼ਾਕ ਉਡਾਉਂਦਾ ਸੀ, ਜਿੱਦਾਂ ਮੇਰੇ ਵੇਟ ਦੀ ਹਾਈਟ ਆ ਸੇਮ ਇਹੀ ਸੇਮ ਮੇਰੀ ਹੁੰਦੀ ਸੀ, ਇੰਨੀ ਏਜ ਮੇਰੀ 13 ਸਾਲ ਦੀ ਏਜ ਅੱਜ ਅਤੇ 6.5 ਫੁੱਟ ਹਾਈਟ ਆ, ਜਦ ਮੇਰੀ ਇੰਨੀ ਹੋਈ ਤਾਂ ਮੈਨੂੰ ਹਰ ਇੱਕ ਨੇ ਮਜ਼ਾਕ ਕਰਨਾ, ਤੂੰ ਕਿੱਦਾਂ ਦਾ ਬਣੀ ਆ ਨਾ, ਤੂੰ ਸੋਹਣਾ ਨਹੀਂ ਲੱਗਦਾ, ਹਾਈਟ ਘਟਾ ਲਾ, ਆਪਣੇ ਸਿਰ 'ਤੇ ਵਜਨ ਰੱਖ ਲਿਆ ਕਰ, ਥੋੜ੍ਹਾ ਛੋਟਾ ਹੋ ਜਾਏਗਾ, ਅਤੇ ਮੈਂ ਬੜਾ ਨੈਗੇਟਿਵ ਹੁੰਦਾ ਜਾਣਾ ਵੀ ਕਾਹਤੇ ਇੱਦਾਂ ਹੋ ਰਿਹਾ। ਫਿਰ ਬੇਟੇ ਦਾ ਵਰਥ ਹੁੰਦਾ ਤਾਂ ਮੈਨੂੰ ਬੜੀ ਸਟ੍ਰੈਸ ਚਲਾ ਗਿਆ ਵੀ ਇਹਦੀ ਇਹਨੂੰ ਵੀ ਇਹੀ ਕੁਛ ਫੇਸ ਕਰਨਾ ਪੈਣਾ, ਇਹਦੀ ਵੀ ਲਾਈਫ ਇੱਦਾਂ ਦੀ ਸਟਰਗਲ ਵਾਲੀ ਹੋਈ ਜਿੱਦਾਂ ਮੇਰੀ ਹੋਈ, ਮੈਨੂੰ ਵੀ ਬਹੁਤ ਮਜ਼ਾਕ ਹੋਇਆ ਅਤੇ ਇਹਨੂੰ ਵੀ ਹੋਏਗਾ, ਬਟ ਸੋਸ਼ਲ ਮੀਡੀਆ ਦਾ ਬਹੁਤ ਥੈਂਕਸ ਆ, ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਅਸੀਂ ਦੋਨੋਂ ਐਸ ਬਣਵਾਈ ਹੋਏ ਪਹਿਲਾਂ, ਅਤੇ ਸਾਨੂੰ ਇੰਨਾ ਵਧੀਆ ਰਿਸਪੋਂਸ ਮਿਲਿਆ, ਇੰਨਾ ਪਿਆਰ ਮਿਲਿਆ ਔਡੀਅੰਸ ਦਾ, ਤਾਂ ਸਾਡੀ ਸਾਰੀ ਥਿੰਕਿੰਗ ਚੇਂਜ ਹੋ ਗਈ ਅਤੇ ਅੱਜ ਸਾਨੂੰ ਜਾਣੀ ਉਹ ਇੱਕ ਦੋ ਤਰ੍ਹਾਂ ਦੀ ਲਾਈਫ ਜੀ ਰਿਹਾ, ਮੈਂ ਇੱਕ ਬਹੁਤ ਸਟ੍ਰੈਸ ਵਾਲੀ, ਇੱਕ ਬਹੁਤ ਖੁਸ਼ੀ ਵਾਲੀ, ਅਤੇ ਆਪਣੇ ਬੇਟੇ ਨੂੰ ਵੀ ਹੁਣ ਮੈਂ ਪੂਰਾ ਪੋਜ਼ਿਟਿਵ ਕਰ ਰਿਹਾ ਵੀ ਹਾਈਟ ਬਹੁਤ ਵਧੀਆ ਆਪਣੇ ਲਈ, ਪਰਮਾਤਮਾ ਦਾ ਵਰਦਾਨ ਆ, ਗੋਡ ਗਿਫਟ ਆ, ਇੱਕ ਸੰਗਣਾ ਨਹੀਂ ਚਾਹੀਦਾ। ਤਾਂ ਬਿਲਕੁਲ, ਜਦੋਂ ਤੁਹਾਡੇ ਪੁੱਤਰ ਦਾ ਜਨਮ ਹੋਇਆ ਸੀ ਤੁਹਾਨੂੰ ਉਦੋਂ ਸ਼ਿਓਰ ਸੀ ਕਿ ਇਹਦੀ ਹਾਈਟ ਵੀ ਲੰਬੀ ਹੋਏਗੀ? ਹਾਂਜੀ, ਥੋੜ੍ਹਾ ਮੈਨੂੰ ਪ੍ਰੋਪਰ ਪਤਾ ਸੀਗਾ, ਥੋੜ੍ਹਾ ਮੈਂ ਅਸੀਂ ਡਾਕਟਰਸ ਨੂੰ ਕੰਸਲਟ ਵੀ ਕੀਤਾ ਸੀ, ਪਰ ਮੈਂ ਜਿਹੜੀ ਨੈਗੇਟਿਵ ਸੀਗਾ ਬਹੁਤ ਡਰ ਰਿਹਾ ਸੀ ਵੀ ਨਾ ਜਾਵੇ, ਮੈਂ ਕਹਿਣਾ ਸੀ ਵੀ ਇਹਦੀ ਹਾਈਟ ਨਾ ਵਧੇ, ਕਿਸੇ ਤਰੀਕੇ ਨਾਲ ਰੁਕ ਜਾਵੇ, ਬਟ ਅੱਜ ਖੁਸ਼ੀ ਹੋ ਰਹੀ ਵੀ ਅੱਜ ਮੈਂ ਕਹਿ ਰਿਹਾ ਵੀ ਮੇਰੇ ਤੋਂ ਵੀ ਲੰਬਾ ਜਾਵੇ, 7.5 ਫੁੱਟ ਤੱਕ ਹਾਈਟ ਜਾਵੇ ਤਾਂ ਬਹੁਤ ਵਧੀਆ ਲੱਗ ਰਿਹਾ ਜੀ। ਜਿਹੜੀ ਚੀਜ਼ ਤੋਂ ਤੁਸੀਂ ਇੱਕ ਟਾਈਮ 'ਤੇ ਡਰਦੇ ਸੀਗੇ, ਅੱਜ ਤੁਸੀਂ ਉਹੀ ਚੀਜ਼ ਤੋਂ ਖੁਸ਼ ਹੋ ਅਤੇ ਉਹਨੂੰ ਪੋਜ਼ਿਟਿਵ ਬਣਾ ਕੇ ਆਪਣੇ ਮੁੰਡੇ ਲਈ ਚਾਹੁੰਦੇ ਹੋ ਕਿ ਅੱਗੇ ਹੋਰ ਵਧੇ? ਹਾਂਜੀ, ਸਾਰਾ ਸਾਡੇ ਆਡੀਅੰਸ ਦਾ, ਸੋਸ਼ਲ ਮੀਡੀਆ ਦਾ ਸਪੋਰਟ ਆ, ਸਾਨੂੰ ਇੰਨਾ ਪਿਆਰ ਮਿਲਿਆ,
ਜਿਹੜੀ ਚੀਜ਼ ਮੈਂ ਨੈਗੇਟਿਵ ਮੰਨਦਾ ਸੀ ਉਹ ਪੋਜ਼ਿਟਿਵ ਸੀਗੀ ਮੇਰੇ ਲਈ। ਮੇਰੀ ਮਿਸਿਜ਼ ਨੇ ਉਸ ਵਿੱਚ ਬਹੁਤ ਯੋਗਦਾਨ ਦਿੱਤਾ ਕਿਉਂਕਿ ਮੈਨੂੰ ਸੋਸ਼ਲ ਮੀਡੀਆ 'ਤੇ ਲਿਆਉਣ ਵਾਲੇ ਇਹੀ ਨੇ, ਇਹਨਾਂ ਨੇ ਸਾਨੂੰ ਆਡੀਅੰਸ ਸਾਹਮਣੇ ਪੇਸ਼ ਕੀਤਾ, ਸਾਨੂੰ ਪਤਾ ਲੱਗੇ ਸਾਡੀ ਵੈਲਿਊ ਕੀ ਆ, ਬਲਕਿ ਅਸੀਂ ਸੰਗਦੇ ਹੀ ਰਹਿੰਦੇ ਸੀ ਹੁਣ। ਪਰ ਪੋਜ਼ਿਟਿਵ ਆ, ਸਾਨੂੰ ਫੋਨ ਕਾਲਸ ਵੀ ਇੰਨੇ ਵਧੀਆ ਆ ਰਹੇ ਨੇ, ਸਾਰੇ ਸਾਨੂੰ ਸਾਡੇ ਤੋਂ ਸਿੱਖ ਰਹੇ ਨੇ, ਸਾਡੀ ਇੰਟਰਵਿਊਜ਼ ਤੋਂ ਬਹੁਤ ਪੋਜ਼ਿਟਿਵ ਹੋ ਰਹੇ। ਜਿਹੜੇ ਜੋ ਵੀ ਲੋਕ ਨਿਰਾਸ਼ ਸੀਗੇ ਆਪਣੀ ਜ਼ਿੰਦਗੀ ਤੋਂ, ਉਹ ਬਹੁਤ ਖੁਸ਼ ਨੇ ਅੱਜ ਕੱਲ੍ਹ, ਉਹ ਵੀ ਸਾਨੂੰ ਮੈਸੇਜ ਕਰਦੇ ਨੇ ਵੀ ਅਸੀਂ ਤੁਹਾਡੇ ਵਾਂਗੂ ਬਹੁਤ ਸੰਗਦੇ ਸੀ ਆਪਣੀ ਜ਼ਿੰਦਗੀ ਨੂੰ, ਇੱਕ ਲਿਮਿਟਡ ਜਿਹਾ ਕਰ ਲਿਆ ਸੀਗਾ, ਸੰਗਦੇ ਰਹਿੰਦੇ ਸੀਗੇ, ਬਾਹਰ ਨਹੀਂ ਸੀ ਨਿਕਲਦੇ, ਪਰ ਅੱਜ ਉਹ ਵੀ ਇੰਜੋਏ ਕਰ ਰਹੇ ਨੇ, ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ। ਤਾਂ ਮੈਮ ਇੱਕ ਟਾਈਮ 'ਤੇ ਤਾਂ ਤੁਸੀਂ ਆਪਣੇ ਹਸਬੈਂਡ ਨੂੰ ਮੋਟੀਵੇਟ ਕੀਤਾ, ਅਤੇ ਅੱਗੋਂ ਪੁੱਤਰ ਨੂੰ ਵੀ ਮੋਟੀਵੇਟ ਕਰਨਾ ਇੱਕ ਮਾਂ ਲਈ ਔਖਾ ਹੋ ਜਾਂਦਾ ਕਿ ਉਹੀ ਟਾਈਮ ਮੇਰੇ 'ਤੇ ਦੁਬਾਰਾ ਆ ਗਿਆ ਜੋ ਮੇਰਾ ਹਸਬੈਂਡ ਦਾ ਇੱਕ ਟਾਈਮ ਸੀਗਾ। ਤਾਂ ਕੀ ਸੀ ਮਨ ਵਿੱਚ ਉਦੋਂ? ਮੈਮ ਜਿਹੜਾ ਮਤਲਬ ਪੁਰਾਣਾ ਸਮਾਂ ਨਿਕਲ ਗਿਆ ਜਿਹੜਾ, ਠੀਕ ਹੈ, ਉਹ ਥੋੜ੍ਹਾ ਜਿਹਾ ਸੀਗਾ ਕਿ ਇਸ ਤਰ੍ਹਾਂ ਵੀ ਮਤਲਬ ਕਾਫੀ ਨੈਰੋ ਮਾਈਂਡ ਰਹਿੰਦੇ ਸੀ ਆਪਣੀ ਹਾਈਟ ਨੂੰ ਲੈ ਕੇ ਮੇਰੇ ਹਸਬੈਂਡ ਅਤੇ, ਬਟ ਜਿਸ ਹੁਣ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਅਸੀਂ ਐਕਟਿਵ ਹੋਏ ਹਾਂ, ਠੀਕ ਹੈ, ਬਹੁਤ ਸਾਥ ਦਿੱਤਾ ਸੋਸ਼ਲ ਮੀਡੀਆ ਨੇ ਸਾਡੇ, ਹੈ ਨਾ, ਆਡੀਅੰਸ ਨੇ ਬਹੁਤ ਸਾਥ ਦਿੱਤਾ, ਉਹਨਾਂ ਕਰਕੇ ਮਤਲਬ ਅਸੀਂ ਕਦੀ ਮੈਂ ਸੋਚ ਹੀ ਨਹੀਂ ਰਹੀ ਕਿ ਮੇਰਾ ਬੱਚਾ ਵੀ ਨੈਗੇਟਿਵ ਹੋਊਗਾ। ਇਹਨੂੰ ਅਸੀਂ ਪਹਿਲਾਂ ਹੀ ਪਲੱਸ ਵਿੱਚ ਰੱਖਿਆ ਹੋਇਆ, ਪੋਜ਼ਿਟਿਵ ਰੱਖਿਆ ਹੋਇਆ ਕਿ ਬੇਟਾ ਤੇਰੀ ਹਾਈਟ ਜਿਹੜੀ ਆ ਇਹ ਤੈਨੂੰ ਬਹੁਤ ਬੈਨੀਫਿਟ ਦੇ ਕੇ ਜਾਏਗੀ। ਪਰਮਾਤਮਾ ਦਾ ਬਹੁਤ ਸ਼ੁਕਰ ਹੈ ਕਿ ਇਹ ਬਿਲਕੁਲ ਮਤਲਬ ਪੋਜ਼ਿਟਿਵ ਹੈ, ਕਦੀ ਵੀ ਨੈਰੋ ਮਾਈਂਡ ਸੋਚ ਨਹੀਂ ਰੱਖਦਾ। ਕਦੇ ਕਿਹਾ ਨਹੀਂ ਤੁਸੀਂ ਕਿ ਮੇਰੀ ਹਾਈਟ ਇੱਦਾਂ ਕਿਉਂ ਹੈ ਜਾਂ ਕੁਛ ਵੀ? ਨਾ, ਬਿਲਕੁਲ ਪਾਪਾ ਨੂੰ ਦੇਖਿਆ ਸ਼ੁਰੂ ਤੋਂ ਇਹ ਹਾਈਟ ਵਿੱਚ? ਹਾਂਜੀ। ਤੇ ਜਦੋਂ ਤੁਸੀਂ ਆਪਣੇ ਦੋਸਤਾਂ ਨੂੰ ਮਿਲਦੇ ਹੋ ਤਾਂ ਤੁਹਾਨੂੰ ਕਹਿੰਦੇ ਤੇਰੀ ਹਾਈਟ ਕਿੰਨੀ ਲੰਬੀ ਹੈ, ਇੱਦਾਂ ਹਾਈਟ ਮਿਲਾਉਣੀ ਹੈ ਤੇਰੇ ਨਾਲ? ਹਾਂਜੀ। ਤਾਂ ਹਰ ਕਿਸੇ 'ਚ ਨਾ ਹਰ ਕੋਈ ਕਹਿੰਦਾ ਕਿ ਸਾਡੇ 'ਚ ਇਹ ਕਮੀ ਹੈ, ਸਾਡੇ 'ਚ ਉਹ ਕਮੀ ਹੈ, ਤੁਸੀਂ ਉਹਨਾਂ ਲੋਕਾਂ ਲਈ ਅੱਜ ਇੱਕ ਮਿਸਾਲ ਹੋ ਕਿ ਜਿਹੜੀ ਤੁਹਾਡੀ ਕਮੀ ਉਹਨੂੰ ਪੋਜ਼ਿਟਿਵ 'ਚ ਲੈ ਕੇ ਚਲੋ। ਤਾਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਕਹਿੰਦੇ ਸਾਡੀ ਹਾਈਟ ਨਹੀਂ ਵੱਧਦੀ, ਸਾਡੀ ਹਾਈਟ ਨਹੀਂ ਵੱਧਦੀ, ਆਪਾਂ ਦਵਾਈ ਲੈਣੀ ਹੈ, ਅੱਜ ਸਰ ਦੀ ਹਾਈਟ ਹੈਗੀ ਹੈ 7 ਫੁੱਟ, ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੇਨ ਗੱਲ ਹੈ ਜੀ, ਪਰਮਾਤਮਾ ਜਿਵੇਂ ਦਾ ਤੁਹਾਨੂੰ ਬਣਾ ਕੇ ਭੇਜਿਆ ਹੈ ਉਹਦੇ ਵਿੱਚ ਤੁਹਾਨੂੰ ਖੁਸ਼ ਰਹਿਣਾ ਚਾਹੀਦਾ, ਠੀਕ ਹੈ। ਕਈ ਵਾਰ ਬੱਚੇ ਨਾ ਦਵਾਈਆਂ ਵਗੈਰਾ ਲੈ ਕੇ ਹਾਈਟ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੋ ਜਾਂਦੇ ਨੇ, ਜਾਂ ਕਈ ਬੱਚੇ ਪਤਲੇ ਨੇ ਉਹ ਕਹਿੰਦੇ ਅਸੀਂ ਮੋਟੇ ਹੋਣਾ ਚਾਹੁੰਦੇ ਹਾਂ, ਹੈਲਦੀ ਲੱਗਣਾ ਚਾਹੁੰਦੇ ਹਾਂ, ਤਾਂ ਉਹ ਵੀ ਉਹਨਾਂ ਦੀ ਹਾਈਟ ਨਹੀਂ ਵੱਧਦੀ ਜਾਂ ਉਹਨਾਂ ਹੈਲਦੀ ਨਹੀਂ ਹੁੰਦੇ ਹੈਗੇ, ਸਗੋਂ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਨੂੰ ਘੇਰ ਲੈਂਦੀਆਂ ਨੇ। ਮੈਂ ਇਹ ਚਾਹੁੰਦੀ ਹਾਂ ਕਿ ਪਰਮਾਤਮਾ ਨੇ ਜਿਵੇਂ ਦਾ ਬਣਾਇਆ ਉਵੇਂ ਦੇ ਰਹੋ, ਔਰ ਹੈਲਦੀ ਡਾਈਟ ਜਿਹੜੀ ਆਪਣੀ ਘਰ ਵਾਲੀ ਹੈ, ਠੀਕ ਹੈ, ਆਪਣੀ ਖੁਰਾਕ ਹੈ ਉਹ ਲਓ। ਤਾਂ ਮੈਮ ਜਿਵੇਂ ਕਹਿ ਰਹੇ ਤੁਸੀਂ ਬਾਹਰ ਬੈਠੇ ਰਹਿੰਦੇ ਸੀ ਬਾਈਕ 'ਤੇ, ਅੰਦਰ ਨਹੀਂ ਜਾਂਦੇ ਸੀ, ਉਹਦਾ ਕੀ ਰੀਜ਼ਨ ਸੀ? ਹਾਂਜੀ, ਤੁਹਾਨੂੰ ਦੱਸ ਰਹੇ ਵੀ ਹਾਈਟ ਜਿਹੜੀ ਲੰਬੀ ਹਾਈਟ ਸੀ ਮੇਰੇ ਲਈ ਬਹੁਤ ਜਿਹੜਾ ਐਂ ਲੱਗਦਾ ਸੀ ਸੰਗਦਾ ਸੀ ਮੈਂ, ਕਹਿੰਦਾ ਉਹ ਸੰਗਦੇ ਹੀ ਰਹਿਣਾ, ਹਰ ਪਾਸੇ ਜਾਣਾ ਨਹੀਂ, ਮੈਰਿਜ 'ਤੇ ਜਾਣਾ, ਕੋਈ ਮੈਂ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਇਆ, ਹੁਣ ਬਹੁਤ ਵਧੀਆ ਇੰਜੋਏ ਕਰ ਰਿਹਾ ਹਾਂ। ਇਸ ਤੋਂ ਪਹਿਲਾਂ ਜਦੋਂ ਮੈਂ ਬਹੁਤ ਜ਼ਿਆਦਾ ਸੰਗਦਾ ਰਹਿੰਦਾ ਸੀ। ਤਾਂ ਸਰ ਤੁਸੀਂ ਮੈਂ ਦੇਖਿਆ ਤੁਸੀਂ ਆਪਣੇ ਘਰ ਵੀ ਆਪਣੀ ਹਾਈਟ ਅਕੋਰਡਿੰਗ ਬਣਾਇਆ ਹੋਇਆ, ਉਹ ਕਦੋਂ ਚੇਂਜ ਕੀਤਾ ਸੀ? ਹਾਂਜੀ, ਹਾਈਟ ਨਾਲ ਬਹੁਤ ਕੁਛ ਚੇਂਜਸ ਕਰਨੇ ਪਏ ਜੀ। ਪਹਿਲੀ ਗੱਲ ਤਾਂ ਬੈੱਡ ਨਹੀਂ ਸੀਗੇ, ਸਟਾਰਟਿੰਗ ਤੁਹਾਨੂੰ ਦੱਸਦਾ ਮੈਂ ਜਦ ਛੋਟਾ ਹੁੰਦਾ ਸੀ ਨਾ ਮੈਨੂੰ ਸ਼ੂਜ਼ ਦੀ ਬਹੁਤ ਪ੍ਰੋਬਲਮ ਆਈ, ਸ਼ੂਜ਼ ਨਹੀਂ ਸੀ ਮੇਰੇ 'ਚ ਆਉਂਦੇ, ਬਹੁਤ ਸਪੈਸ਼ਲ ਔਰਡਰ 'ਤੇ ਬਣਵਾਉਣੇ ਪੈਂਦੇ ਸੀ, ਕੱਪੜੇ ਦੀ ਪ੍ਰੋਬਲਮ ਆਈ, ਕੱਪੜੇ ਨਹੀਂ ਸੀ ਆਉਂਦੇ ਰੈਡੀਮੇਡ, ਜੇ ਮੇਰੀ ਇੱਛਾ ਹੁੰਦੀ ਸੀ ਵੀ ਮੈਂ ਬ੍ਰਾਂਡਡ ਕੱਪੜੇ ਪਾਵਾਂ, ਵਧੀਆ ਕੱਪੜੇ ਪਾਵਾਂ, ਪਰ ਮੈਨੂੰ ਸਟਿਚ ਹੀ ਕਰਾਉਣੇ ਪੈਂਦੇ ਸੀਗੇ, ਉਹ ਆਉਂਦੇ ਨਹੀਂ ਸੀ ਮੇਰੇ, ਅਤੇ ਇਸ ਤਰ੍ਹਾਂ ਬੈੱਡ ਵੀ ਛੋਟੇ ਹੁੰਦੇ ਸੀਗੇ, ਉਹ 'ਤੇ ਵੀ ਬਹੁਤ ਐਡਜਸਟਮੈਂਟ ਕਰਨੀ ਪਈ ਲਾਈਫ ਦੇ ਵਿੱਚ। ਹੋਰ ਕੀ ਸਰ ਫੇਸ ਕਰਨਾ ਪਿਆ ਜਦੋਂ ਬਾਹਰ ਨਿਕਲਦੇ ਸੀ, ਲੋਕ ਕੀ ਬੋਲਦੇ ਸੀ ਉਸ ਟਾਈਮ? ਸਕੂਲ ਟਾਈਮ ਬਹੁਤ ਪ੍ਰੋਬਲਮਸ ਫੇਸ ਕਰਨੀਆਂ ਪਈਆਂ, ਕੋਈ ਨਾਲ ਨਹੀਂ ਸੀ ਤੁਰਦੇ ਹੁੰਦੇ, ਅਗਲੀਆਂ ਸੀ ਪਤਾ ਨਹੀਂ ਤੇਰੇ ਨਾਲ ਤੁਰੇ ਜਾਂਦੇ ਸੋਹਣੇ ਨਹੀਂ ਲੱਗਦੇ, ਜੇ ਮੈਂ ਕਿਸੇ ਗਰੁੱਪ 'ਚ ਤੁਰੇ ਜਾਣਾ ਤਾਂ ਮੇਰੇ ਨਾਲ ਮੈਂ ਇਕੱਲਾ ਰਹਿ ਜਾਂਦਾ ਸੀ, ਮੈਨੂੰ ਛੱਡ ਦਿੰਦੇ ਸੀ ਸਾਰੇ, ਮੇਰੇ ਨਾਲ ਨਹੀਂ ਸੀ, ਉਸ ਤੋਂ ਮੈਂ ਨੈਗੇਟਿਵ ਹੁੰਦਾ ਜਾਂਦਾ ਸੀਗਾ, ਮੈਂ ਜਾਣੀ ਮੈਨੂੰ ਕਿਸੇ ਨੇ ਪੋਜ਼ਿਟਿਵ ਨਹੀਂ ਕੀਤਾ, ਇੱਥੇ ਤੱਕ ਸੀਗਾ ਕਿ ਮੇਰੀ ਮੈਰਿਜ ਵੀ ਨਹੀਂ ਹੋਣੀ, ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਵੀ ਮੈਰਿਜ ਨਹੀਂ ਹੋਣੀ ਹੈਗੀ ਕਿਉਂਕਿ ਮੈਂ ਸੋਹਣਾ ਨਹੀਂ ਹੈਗਾ। ਪਰ ਬਹੁਤ ਟਰਨਿੰਗ ਪੁਆਇੰਟ ਆਇਆ ਲਾਈਫ 'ਚ, ਇਹਨਾਂ ਨੇ ਯੈਸ ਕੀਤੀ ਪਹਿਲਾਂ, ਅਤੇ ਉਸ ਤੋਂ ਬਾਅਦ ਸਾਡੀ ਮੈਰਿਜ ਹੁੰਦੀ ਹੈ, ਮੈਰਿਜ ਤੋਂ ਬਾਅਦ ਫਿਰ ਇਹ ਮੈਨੂੰ ਸੋਸ਼ਲ ਮੀਡੀਆ 'ਤੇ ਲੈ ਕੇ ਆਉਂਦੇ ਨੇ,
ਫਿਰ ਕਾਫੀ ਜ਼ਿਆਦਾ ਚੇਂਜ ਆਉਂਦਾ ਲਾਈਫ 'ਚ। ਜਿਵੇਂ ਕਹਿੰਦੇ ਨਾ ਲੋਕੀ ਸੋਸ਼ਲ ਮੀਡੀਆ ਦਾ ਕਈ ਪੋਜ਼ਿਟਿਵ ਇੰਪੈਕਟ ਵੀ ਲੈਂਦੇ, ਕਈ ਨੈਗੇਟਿਵ ਇੰਪੈਕਟ, ਤੁਸੀਂ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਨੂੰ? ਨਹੀਂ, ਸਾਡੇ ਲਈ ਤਾਂ ਪੋਜ਼ਿਟਿਵ ਰਿਹਾ ਜੀ ਬਹੁਤ ਕੁਛ। ਮੇਰੇ ਬੇਟੇ ਦੀ ਲਾਈਫ ਵੀ ਇਹਦੇ ਨਾਲ ਰਿਲੇਟਡ ਸੀਗੀ, ਕਿਉਂਕਿ ਜੇ ਮੈਂ ਅੱਜ ਮੈਨੂੰ ਇੰਨਾ ਪਿਆਰ ਨਾ ਮਿਲਦਾ ਸ਼ਾਇਦ ਬੇਟੇ ਦੀ ਵੀ ਲਾਈਫ ਕਾਫੀ ਸਟ੍ਰੈਸ ਭਰੀ ਹੋਣੀ ਸੀ, ਪਰ ਅਸੀਂ ਅੱਜ ਬਹੁਤ ਖੁਸ਼ ਹਾਂ। ਅਤੇ ਹੁਣ ਕੀ ਲੱਗਦਾ ਪੁੱਤਰ ਦੀ ਹਾਈਟ ਹੋਰ ਵੱਡੀ ਹੋਣੀ ਹੈ ਹਲੇ? ਬੇਟੇ ਦੀ ਹਾਈਟ 7 ਫੁੱਟ ਤੋਂ ਉੱਤੇ ਜਾਏਗੀ ਜੀ, ਕਿਉਂਕਿ ਹਜੇ 13 ਸਾਲ ਦੀ ਏਜ਼ ਆ ਜੀ ਇਹਦੀ, ਅਤੇ 6.5 ਫੁੱਟ ਹਾਈਟ ਹੋ ਗਈ ਆ। ਅਤੇ ਅਸੀਂ ਵੀ ਕੋਸ਼ਿਸ਼ ਕਰ ਦਿਆਂਗੇ ਇਹਦਾ ਬੈਟਰ ਫਿਊਚਰ ਹੋਵੇ, ਇਹਨੂੰ ਸਪੋਰਟਸ ਵਿੱਚ ਭੇਜਾਂਗੇ, ਇਹਨੂੰ ਬਾਸਕਟਬਾਲ ਦੀ ਕੋਚਿੰਗ ਦੇਵਾਂਗੇ। ਹੁਣ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ, ਅਸੀਂ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਬੇਟੇ 'ਤੇ, ਵੀ ਇਹ ਪੰਜਾਬੀਆਂ ਦਾ ਔਰ ਪੰਜਾਬ ਦਾ ਨਾਮ ਰੌਸ਼ਨ ਕਰੇਗਾ।